ਸਾਰੀਆਂ ਦਾ ਇੱਕ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦਾ ਇੱਕ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਸ਼ਹਿਰੀਆਂ ਦਾ ਇੱਕ ਜਿੰਦਾਬਾਦ 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 ਰਾਣੀ ਤੋਂ ਕਿੱਥੇ ਜੋ ਰਿਹਾ ਸਹੀ ਪਛਾਣ ਲਾ ਜਿੰਦਾਬਾਦ ਜਿੰਦਾਬਾਦ अज हाल गेट विच आए हैं दुकानदारा दा शहर दे वासियां दा सहयोग लैन आए हैं ਉਹ ਸਰਗਰਮ ਭੂਮਿਕਾ ਕਿਵੇਂ ਨਿਭਾਉਣ ਵੀ ਦੁਕਾਨਾਂ ਤੇ ਕਾਲੇ ਝੰਡੇ ਲਾ ਕੇ ਆਪਦੀਆਂ ਸ਼ਾਪਸ ਤੇ ਕਾਲੀ ਦੀਵਾਲੀ ਦੇ ਪੋਸਟਰ ਲਾ ਕੇ ਸਾਡੇ ਨਾਲ ਖਲੋਣ ਕਿਉਂਕਿ ਕਰੋਨਾ ਕਾਲ ਦੇ ਵਿੱਚ ਵੀ ਕਾਰੋਬਾਰ ਪੂਰਾ ਡੁੱਬ ਗਿਆ ਦੁਕਾਨਾਂ ਦਾ ਮੰਦਾ ਹਾਲ ਆ ਹੁਣ ਜਿਹੜੀ ਆਰਥਿਕ ਨਾਕੇਬੰਦੀ ਕੀਤੀ ਆ ਮਾਲ ਗੱਡੀਆਂ ਬੰਦ ਕੀਤੀਆਂ ਗਈਆਂ ਉਹਦੇ ਨਾਲ ਵੀ ਛੋਟਾ ਦੁਕਾਨਦਾਰ ਛੋਟਾ ਕਾਰੋਬਾਰੀ ਉਹਨਾਂ ਦਾ ਨੁਕਸਾਨ ਬਹੁਤ ਹੋਇਆ ਖੇਤੀ ਪਹਿਲੋਂ ਘਾਟੇ ਚਲੀ ਗਈ ਆ ਸੋ ਸਾਨੂੰ ਲੱਗਿਆ ਵੀ ਇਹਨਾਂ ਹਾਲਾਤਾਂ ਵਿੱਚ ਸਾਨੂੰ ਪੂਰੇ ਪੰਜਾਬੀਆਂ ਨੂੰ ਰਲ ਕੇ ਕਾਲੀ ਦੀਵਾਲੀ ਮਨਾਉਣੀ ਚਾਹੀਦੀ ਆ ਸੋ ਸਾਨੂੰ ਪਹਿਲੋਂ ਵੀ ਪੰਜਾਬੀਆਂ ਦਾ ਬਹੁਤ ਵੱਡਾ ਸਹਿਯੋਗ ਸੀਗਾ ਅੱਜ ਵੀ ਸਾਨੂੰ ਆਸ ਹੈ ਵੀ ਸ਼ਹਿਰੀਆਂ ਦਾ ਬਹੁਤ ਵੱਡਾ ਸਹਿਯੋਗ ਸਾਨੂੰ ਮਿਲੂਗਾ ਕੀ ਕੀਤਾ ਤੁਸੀਂ ਅੱਜ ਅਸੀਂ ਸ਼ਾਪਸ ਤੇ ਜਾ ਕੇ ਕਾਲੇ ਝੰਡੇ ਲਾਉਣੇ ਆ ਤੇ ਤੋਂ ਗਾ ਉਹਨਾਂ ਦੇ ਗਾੜੀ ਬੈਨਰ ਲਾਉਣੇ ਆ ਜਿਹੜੇ ਕਾਲੀ ਦੀਵਾਲੀ ਦੇ ਤੇ ਉਹ ਸਹਿਯੋਗ ਕਰਨਗੇ ਸਾਡੇ ਨਾਲ 13 ਤਰੀਕ ਨੂੰ ਜਿਹੜੀ ਮੀਟਿੰਗ ਆ ਤੁਸੀਂ ਅਟੈਂਡ ਕਰ ਰਹੇ ਹੋ ਦੇਖੋ ਜਿਹੜੀ 13 ਦੀ ਮੀਟਿੰਗ ਅਸੀਂ 3-4 ਕਾਰਨ ਚਲਾਏ ਆ ਵੀ ਅਸੀਂ ਕਿਉਂ ਨਹੀਂ ਜਾ ਰਹੇ ਇੱਕ ਤਾਂ ਉਹਦੇ ਵਿੱਚ ਲਿਖਿਆ ਵੀ ਪੰਜਾਬ 'ਚ ਅੰਦੋਲਨ ਚੱਲ ਰਿਹਾ ਜਦਕਿ ਅੰਦੋਲਨ ਦੇਸ਼ ਵਿੱਚ ਚੱਲ ਰਿਹਾ ਜੇ ਅਸੀਂ ਇਹ ਗੱਲ ਮੰਨ ਲੈਂਦੇ ਤਾਂ ਦੇਸ਼ ਦੇ ਅੰਦੋਲਨ ਨੂੰ ਇਗਨੋਰ ਕਰ ਦਿੰਦੇ ਆ ਇੱਕ ਤਾਂ ਇਹ ਵੈਕਟਰ ਆ ਦੂਜਾ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਹੀਂ ਸੱਦਿਆ ਗਿਆ 170 ਦਾ ਇੱਕ ਗੱਠ ਜੋੜਿਆ 250 ਦਾ ਇੱਕ ਗੱਠ ਜੋੜਿਆ ਸਾਰੇ ਦੇਸ਼ ਲੈਵਲ ਤੇ ਕੌਮੀ ਪੱਧਰ ਤੇ 5 ਨਵੰਬਰ ਨੂੰ ਦੇਸ਼ ਦਾ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਅੰਦੋਲਨ ਚੱਲਿਆ ਸੋ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਸਾਡੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਤੀਸਰਾ ਮਾਲ ਗੱਡੀਆਂ ਬੰਦ ਕੀਤੀਆਂ ਪੰਜਾਬ ਦੀਆਂ ਇਹ ਫੈਕਟਰ ਬਹੁਤ ਵੱਡਾ ਫੈਕਟਰ ਹੈ ਪੰਜਾਬ ਨੂੰ ਜਾੜਿਆ ਜਾ ਰਿਹਾ ਚੌਥਾ ਫੈਕਟਰ ਇਹਦੇ ਵਿੱਚ ਜਿਵੇਂ ਭਾਜਪਾ ਦੇ ਲੋਕ ਬਿਆਨ ਦੇ ਰਹੇ ਆ ਵੀ ਅਸੀਂ ਜਿੱਤੇ ਹਾਂ ਤਾਂ ਸਾਡੇ ਕਾਲੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਅਸੀਂ ਲਿਆਂਦੇ ਖੇਤੀ ਦੇ ਉਹ ਚੰਗੇ ਆ ਇਹਨਾਂ ਹਾਲਾਤਾਂ ਵਿੱਚ ਸਾਨੂੰ ਨਹੀਂ ਲੱਗਦਾ ਵੀ ਗੱਲਬਾਤ ਲਈ ਜਾਣਾ ਚਾਹੀਦਾ ਅਸੀਂ ਜੀ ਇਹਨਾਂ ਨੂੰ ਬਿਲਕੁਲ ਸਮਰਥਨ ਦੇਣ ਲਈ ਤਿਆਰ ਹਾਂ ਰੀਜ਼ਨ ਇਹ ਹੈ ਕਿ ਇਹਨਾਂ ਦੀ ਡਿਮਾਂਡ ਜਾਇਜ਼ ਹੈਗੀ ਹੈ ਔਰ ਅਸੀਂ ਗਵਰਨਮੈਂਟ ਨੂੰ ਵੀ ਇਹੋ ਰਿਕੁਐਸਟ ਕਰਾਂਗੇ ਕਿ ਅਗਰ ਜਾਇਜ਼ ਡਿਮਾਂਡ ਹੈਗੀ ਤਾਂ ਇਹਨਾਂ ਦੀ ਡਿਮਾਂਡ ਜਿਹੜੀ ਮੰਨੀ ਜਾਵੇ ਡੈਫੀਨੇਟਲੀ ਜੀ ਸਾਨੂੰ ਅਗਰ ਇਹ ਥੋੜ੍ਹਾ ਜਿਹਾ ਤੁਸੀਂ ਕੋਈ ਵੀ ਜਿਹੜਾ ਨਾ ਸੋਚਿਆ ਜਾਏ ਨਾ ਤਾਂ ਸਾਡਾ ਹਿੰਦੁਸਤਾਨ ਦਾ ਇਕਨੋਮੀ ਸਟਰਕਚਰ ਜਿਹੜਾ ਨਾ ਉਹ ਬੇਸਡ ਹੈਗਾ ਵੇ ਇਕਨੋਮੀ ਐਗਰੀਕਲਚਰ ਦੇ ਉੱਤੇ ਅਗਰ ਐਗਰੀਕਲਚਰ ਨੂੰ ਇਹ ਸੀਰੀਅਸਲੀ ਨਹੀਂ ਲੈਣਗੇ ਤਾਂ ਕਿਹੜੇ ਟ੍ਰੇਡ ਨੂੰ ਇਹ ਸੀਰੀਅਸਲੀ ਲੈਣਗੇ ਸਾਨੂੰ ਇਹ ਸਾਨੂੰ ਸਾਰੀ ਹਿੰਦੁਸਤਾਨ ਨੂੰ ਇਹਨਾਂ ਦੇ ਨਾਲ ਸਟੈਂਡ ਹੋ ਕੇ ਜਿਹੜਾ ਨਾ ਇਹਨਾਂ ਦੀ ਜਿਹੜੀ ਜਾਇਜ਼ ਮੰਗਾਂ ਤਾਂ ਮੰਨੀ ਚਾਹੀਦੀ ਹੈ ਇੱਕ ਸਭ ਤੋਂ ਪਹਿਲੀ ਮੰਗ ਹੈਗੀ MSP ਕਿਉਂ ਨਹੀਂ ਇਹਦੇ ਲਿਖਦੇ ਵਰਬਲ ਗੱਲ ਕਿਉਂ ਰੱਖਦੇ ਨੇ ਜਦੋਂ ਲਿਖੀ ਜਾ ਸਕਦੀ ਹੈ ਜਿਹੜੀ ਇੱਕ ਉਹਦੇ 'ਤੇ ਆਪਣੇ ਇਹਨਾਂ ਦੀ ਜਿਹੜੀ ਹੈ ਜਿਹੜੇ ਬੰਦੇ ਪੈਂਦੇ 3 ਜਿਹੜੇ ਕਾਨੂੰਨ 'ਤੇ ਉਹਦੇ 'ਚ ਕਿਉਂ ਨਹੀਂ ਲਿਖਦੇ ਬਿਲਕੁਲ ਜੀ ਦਿਆਂਗੇ ਨਾ